ਹਾਂਜੀ ਦੋਸਤੋ ਹੁਣ ਐ 12ਵੀਂ ਜਮਾਤ ਵਾਲਿਆਂ ਦਾ ਕੰਪਿਊਟਰ ਸਾਇੰਸ ਦਾ ਪ੍ਰੀਬੋਰਡ ਦਾ ਪੇਪਰ ਸੋ ਬੱਚਿਓ ਇਹ ਵਾਲਾ ਜਿਹੜਾ ਪੇਪਰ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚੋਂ ਕੁਐਸਚਨ ਆਉਂਦੇ ਬਹੁਤ ਜ਼ਿਆਦਾ ਚਾਂਸੇਜ਼ ਹੈ ਠੀਕ ਹੈ ਸੋ ਆਪਾਂ A ਤੋਂ Z ਸੋਲੂਸ਼ਨ ਕਰਾਂਗੇ ਤੇ ਰਿਵੀਜ਼ਨ ਕਰਾਂਗੇ ਚੰਗੀ ਤਰ੍ਹਾਂ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਉਸ ਤੋਂ ਬਾਅਦ ਬੱਚੇ ਦੇਖੋ 50 ਨੰਬਰ ਦਾ ਤੁਹਾਡਾ ਪੇਪਰ ਹੈ 2 ਘੰਟੇ ਦਾ ਟਾਈਮ ਮਿਲਣਾ ਤੁਹਾਨੂੰ ਠੀਕ ਹੈ ਸੋ ਬੱਚੇ ਇਹਦੇ ਤਿੰਨ ਭਾਗ ਹੋਣੇ ਆ ਉਰਾ ਐਰਾ ਈੜੀ ਠੀਕ ਹੈ ਉਰਾ ਜਿਹੜਾ ਭਾਗ ਹੋਣਾ ਆ ਉਹਦੇ ਵਿੱਚ ਬੱਚੇ ਤੁਹਾਡੇ ਜਿਹੜੇ ਹੋਣੇ ਆ 6 ਠੀਕ ਹੈ ਉਸ ਤੋਂ ਬਾਅਦ ਬੱਚੇ 6 ਤੁਹਾਡੇ ਹੋਣੇ ਖਾਲੀ ਥਾਵਾਂ ਐਨ ਅੱਗੇ 6 ਤੁਹਾਡੇ ਹੋਣੇ ਆ ਪੂਰੇ ਨਾਮ ਲਿਖੋ ਸਹੀ ਗਲਤ ਤੇ ਸ਼ਾਰਟਕਟ ਕੀਜ਼ ਵਗੈਰਾ ਠੀਕ ਹੈ ਸੋ ਇਹਨਾਂ ਨੂੰ ਆਪਾਂ ਲਿਖਣਾ ਹੈ ਚਲੋ ਆਪਾਂ ਸੋਲਵ ਕਰਦੇ ਹਾਂ ਪੂਰਾ ਪੇਪਰ دیکھو بچے پاگورا جڑا ہے گایا سب تو پہلا بہت پسندی پرشن ٹھیک ہے ایدھے بچے دیکھو ہے کی ہے کہ سپیلنگ اور گرامر دی جانچ کرن لی ڈیش کی ورتی جاتی بچے بلا کوششن بہت امپورٹنٹ ہے کئی بار آ چکا ہے ٹھیک ہے سو یہ ای ڈی آنسر رائٹ آئے گا ایف سیون ٹھیک ہے سو نیکسٹ پرشن دیکھو بچے سیکنڈ ساڈا کہ ڈیش ایک دو پورٹ اپکرن ہے ٹھیک ہے ڈیش ایک دو پورٹ اپکرن ہے سو یہ آئے گا بچے برج ٹھیک ہے ਸਰਸਾਈਜ਼ ਇਜ਼ ਅ ਰਾਈਟ ਆਨਸਰ ਬ੍ਰਿਜ ਆਏਗਾ ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਦੇਖੋ ਬੱਚੇ ਤੀਸਰਾ ਪ੍ਰਸ਼ਨ ਹੈ ਕਿ ਡੈਸ਼ ਨਗਦੀ ਰਹਿਤ ਭੁਗਤਾਨ ਦਾ ਆਸਾਨ ਤੇ ਤੇਜ਼ ਤਰੀਕਾ ਹੈ ਠੀਕ ਹੈ ਸਿੰਪਲ ਕੀ ਹੈ ਡਿਜੀਟਲ ਪੇਮੈਂਟ ਉਸ ਤੋਂ ਬਾਅਦ ਬੱਚੇ ਦੇਖੋ ਫੋਰਥ ਹੈ ਸਕੇਲ ਆਪਸ਼ਨ ਇਮੇਜ ਦਾ ਡੈਸ਼ ਬਦਲਣ ਲਈ ਵਰਤਿਆ ਜਾਂਦਾ ਹੈ ਠੀਕ ਹੈ ਸੋ ਸਕੇਲ ਆਪਸ਼ਨ ਬੱਚੇ ਇਮੇਜ ਦਾ ਕੀ ਬਦਲਣ ਲਈ ਵਰਤਿਆ ਜਾਂਦਾ ਹੈ ਆਕਾਰ ਐਰਾ ਇਜ਼ ਅ ਰਾਈਟ ਆਨਸਰ ਉਸ ਤੋਂ ਬਾਅਦ ਬੱਚਿਓ ਪੰਜਵਾਂ ਪ੍ਰਸ਼ਨ ਹੈ ਸਾਡਾ ਇਹ ਕਿ ਕੰਪਿਊਟਰ ਨੂੰ ਆਡੀਓ ਫਾਈਲ ਚਲਾਉਣ ਲਈ ਵੱਖਰੇ ਵੱਖਰੇ ਡੈਸ਼ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਸੋ ਬੱਚਿਓ ਆਡੀਓ ਫਾਈਲ ਚਲਾਉਣ ਲਈ ਵੱਖਰੇ ਵੱਖਰੇ ਕਿਸ ਦੀ ਜ਼ਰੂਰਤ ਹੁੰਦੀ ਹੈ ਆਡੀਓ ਕੋਡੈਕਸ ਦੀ ਠੀਕ ਹੈ ਆਇਰਾ ਇਜ਼ ਅ ਰਾਈਟ ਆਨਸਰ ਆ ਜਾਣਾ ਹੈ ਉਸ ਤੋਂ ਬਾਅਦ ਬੱਚਿਓ ਛੇਮਾ ਸਾਡਾ ਹੈ ਕਿ ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਹੈ ਠੀਕ ਹੈ ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਕੀ ਕਹਿਆ ਜਾਂਦਾ ਹੈ ਸਪਲੀਟਿੰਗ ਕਹਿਆ ਜਾਂਦਾ ਹੈ ਵਿੱਚ ਸਪਲੀਟ ਦੇਖਿਆ ਹੁਣ ਅਸੀਂ ਵੀਡੀਓ ਐਡਿਟ ਕਰਦੇ ਹੁਣ ਸਪਲੀਟ ਦਾ ਆਪਸ਼ਨ ਹੁੰਦਾ ਨਾ ਇਦਾਂ ਦਾ ਡੰਡਾ ਬਣਿਆ ਹੁੰਦਾ ਕੱਟ ਕਰਿੰਦਾ ਸੋ ਉਹਨੂੰ ਸਪਲੀਟਿੰਗ ਕਹਿੰਦੇ ਵੀਡੀਓ ਨੂੰ ਵੰਡਣ ਦੀ ਪ੍ਰਕਿਰਿਆ ਉਸ ਤੋਂ ਬਾਅਦ ਬੱਚੇ ਖਾਲੀ ਥਾਵਾਂ ਭਰੋ ਠੀਕ ਹੈ ਦੇਖੋ ਖਾਲੀ ਥਾਵਾਂ ਵਿੱਚ ਕਿੱਦਾਂ ਆਣਿਆ ਹੂੰ ਦੇਖੋ ਬੱਚੇ ਸਭ ਤੋਂ ਪਹਿਲਾਂ ਜਿਹੜਾ ਖਾਲੀ ਥਾਵਾਂ ਆ ਫਿਲਟਰ ਵਿਕਲਪ ਐਕਸਲ ਦੀ ਡੈਸ਼ ਟੈਬ ਵਿੱਚ ਉਪਲਬਧ ਹੁੰਦੀ ਹੈ ਠੀਕ ਹੈ ਸੋ ਇਹਦਾ ਆਨਸਰ ਕੀ ਆਏਗਾ ਡਾਟਾ ਠੀਕ ਹੈ ਉਸ ਤੋਂ ਬਾਅਦ ਬੱਚੇ ਸੈਕਿੰਡ ਹੈ ਕਿ ਡੈਸ਼ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬੋਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ ਇਹਦੇ ਵਿੱਚ ਕੀ ਹੈ ਨਾ ਪ੍ਰੀ ਟੈਸਟ ਪ੍ਰੀ ਟੈਸਟ ਥਰਡ ਹੈ ਬੱਚੇ ਅੰਡਰਆਇਡ ਐਂਡਰੋਇਡ ኦਪਰੇਟਿੰਗ ਸਿਸਟਮ ਵਿੱਚ ਐਂਡਰੋਇਡ ኦਪਰੇਟਿੰਗ ਸਿਸਟਮ ਡੈਸ਼ ኦਪਰੇਟਿੰਗ ਸਿਸਟਮ ਹੈ ਇਹ ਬਹੁਤ ਇੰਪੋਰਟੈਂਟ ਹੈ ਮੋਬਾਈਲ ਠੀਕ ਹੈ ਇਹਦੇ ਵਿੱਚ ਕੀ ਹੈ ਜਣਾ ਮੋਬਾਈਲ ਨੈਕਸਟ ਹੈ ਬੱਚੇ ਫੋਰਥ ਕਿ ਡੈਸ਼ ਮਸ਼ੀਨਾ ਦੀ ਕੋਈ ਮੈਮਰੀ ਨਹੀਂ ਹੁੰਦੀ ਹੈ ਠੀਕ ਹੈ ਕਿੜੇ ਮਸ਼ੀਨਾਂ ਦੀ ਕੋਈ ਮੈਮਰੀ ਨਹੀਂ ਹੁੰਦੀ ਹੈ ਜਲਦੀ ਦੱਸੋ ਇਹਦਾ ਅਨਸਰ ਇਹਦਾ ਕੀ ਹੈ ਨਾ ਰੀਐਕਟਿਵ ਠੀਕ ਹੈ ਰੀਐਕਟਿਵ ਉਸ ਤੋਂ ਬਾਅਦ ਬੱਚੇ ਪੰਜਵਾਂ ਹੈ ਕਿ ਡੈਸ਼ ਭਾਰਤੀ ਨਾਗਰਿਕਾਂ ਨੂੰ ਵਿਲੱਖਣ ਪਛਾਣ ਦਿੰਦਾ ਹੈ ਆਧਾਰ ਕਾਰਡ ਆਧਾਰ ਕਾਰਡ ਠੀਕ ਹੈ ਉਸ ਤੋਂ ਬਾਅਦ ਬੱਚੇ ਆਧਾਰ ਕਾਰਡ ਹੋਰ ਕਿਸੇ ਦੇਸ਼ਾਂ ਵਿੱਚ ਨਹੀਂ ਬਣਿਆ ਹੋਇਆ ਸਿਰਫ ਇੰਡੀਆ 'ਚ ਹੀ ਬਣਿਆ ਹੋਇਆ ਹੈ ਉਸ ਤੋਂ ਬਾਅਦ ਬੱਚੇ ਛੇਮਾ ਹੈ ਕਿ ਲੇਅਰਸ ਨੂੰ ਮੂਵ ਕਰਨ ਲਈ ਡੈਸ਼ ਟੂਲਸ ਵਰਤਿਆ ਜਾਂਦਾ ਹੈ ਠੀਕ ਹੈ ਸੋ ਸਕੇਲ ਇਹਦੇ ਵਿੱਚ ਸਕੇਲ ਆਏਗਾ ਨੈਕਸਟ ਹੈ ਬੱਚੇ ਪੂਰੇ ਨਾਮ ਲਿਖਣੇ ਹਨ ਤੁਸੀਂ ਠੀਕ ਹੈ ਸੋ ਦੇਖੋ ਪੂਰੇ ਨਾਮ ਕਿਹੜੇ-ਕਿਹੜੇ ਦਿੱਤੇ ਹੋਏ ਸਾਨੂੰ ਹਾਂ ਸੋ ਬੱਚੇ ਇਹ ਵੀ ਇੱਕ ਇੱਕ ਨੰਬਰ ਦੇ ਆ ਸਭ ਤੋਂ ਪਹਿਲਾਂ ਹੈ ਕੀ ਹੈ ਐਸ ਐਮ ਟੀ ਪੀ ਠੀਕ ਹੈ ਸੋ ਬੱਚੇ ਐਸ ਐਮ ਟੀ ਦਾ ਪੂਰਾ ਨਾਮ ਦੇਖੋ ਕੀ ਲਿਖਣਾ ਹੈ ਤੁਸੀਂ ਇਹਦਾ ਲਿਖਣਾ ਸਿੰਪਲ ਮੋਲ ਟ੍ਰਾਂਸਫਰ ਪ੍ਰੋਟੋਕੋਲ ਠੀਕ ਹੈ ਸਿੰਪਲ ਮੋਲ ਟ੍ਰਾਂਸਫਰ ਪ੍ਰੋਟੋਕੋਲ ਸੈਕਿੰਡ ਬੱਚੇ ਹੈਗਾ ਹੈ ਜੀ ਪੀ ਐਸ ਜੀ ਪੀ ਐਸ ਦਾ ਕੀ ਆਣਾ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ ਠੀਕ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ ਮਤਲਬ ਪੂਰੇ ਗਲੋਬਲ ਜੀ ਪੀ ਐਸ ਆਪਾਂ ਉਹ ਹੀ ਕਰਦੇ ਨੇ ਕਿ ਉਹ ਬੰਦਾ ਕਿੱਥੇ ਹੈ ਇਸ ਟਾਈਮ ਸੋ ਗਲੋਬਲ ਵਿੱਚ ਆਪਾਂ ਪੋਜੀਸ਼ਨ ਚੈੱਕ ਕਰਦੇ ਗਲੋਬਲ پوزیشننگ سسٹم نو جی پی ایس کیا جاتا ہے اس بعد بچے تھرڈ ون از ایل پی کا فل فارم ٹھیک ہے سو یہ بچے آ جانا نیچرل لینگویج پروسنگ ٹھیک ہے نیچرل پروس لینگویج پروسنگ اس بعد بچے چوتھا ہے کہ این اے ٹی پی ایس کا پورا نام کی ہے سو بچے ٹی پی ایس کا پورا نام ہے ٹرانجیکشن پروسنگ سسٹم ٹرانجیکشن پروسیسنگ سسٹم ਉਸ ਤੋਂ ਬਾਅਦ ਬੱਚੇ ਪੰਜਵਾਂ ਹੈ ਕਿ BMP ਦਾ ਪੂਰਾ ਨਾਮ ਕੀ ਹੈ ਸੋ ਬੱਚੇ ਦਾ ਸਿੰਪਲ ਯ ਬਿਟ ਮੈਪ ਪਿਕਚਰ ਹੈ ਨਾ ਬਿਟ ਮੈਪ ਪਿਕਚਰ ਉਸ ਤੋਂ ਬਾਅਦ ਬੱਚੇ ਛੇਵਾਂ ਇਹ ਟਰੂ ਫਾਲਸ ਹੈ ਦੇਖੋ ਕਹਿੰਦੇ ਕਿ ਵੀਡੀਓ ਮਰਜ ਕਰਨ ਤੋਂ ਭਾਵ ਹੈ ਕਲਿੱਪ ਨੂੰ ਕਈ ਹਿੱਸਿਆਂ ਵਿੱਚ ਵੰਡਣਾ ਗਲਤ ਹੈ ਬੇਵਕੂਫ ਸਾਨੂੰ ਨਹੀਂ ਪਤਾ ਮਰਜ ਕਰਨਾ ਕਿੰਨੂੰ ਕਹਿੰਦੇ ਠੀਕ ਹੈ ਬੱਚਿਓ ਅੱਗੇ ਤੁਹਾਡਾ ਆ ਜਾਂਦਾ ਹੈ ਐਰਾ ਭਾਗ ਜੋ ਕੀ ਹੈ ਤੁਹਾਡੇ 4 4 ਮਾਰਕਸ ਦੇ ਕੁਐਸਚਨ ਬਹੁਤ ਇੰਪੋਰਟੈਂਟ ਆ ਚਲੋ ਆਪਾਂ ਸੋਲਵ ਕਰ ਲੈਂਦੇ ਆ ਸੋ ਦੇਖ ਲੈਂਦੇ ਆ ਫਟਾਫਟ ਇਹਦੇ ਸੋਲੂਸ਼ਨ ਠੀਕ ਹੈ ਤਾਂ ਕਿ ਰਿਵੀਜ਼ਨ ਚੰਗੀ ਤਰ੍ਹਾਂ ਹੋ ਜਵੇ ਸੋ ਫਰਥ ਪਰੇਸ਼ਨ ਹੈ ਕਿ MS Excel ਵਿੱਚ ਫਾਰਮੂਲੇ ਕੀ ਹਨ ਠੀਕ ਹੈ ਦੇਖੋ ਬੱਚਿਓ MS Excel ਵਿੱਚ ਫਾਰਮੂਲੇ ਕੀ ਹਨ ਉੱਤਰ ਹੈ ਕਿ Microsoft Excel ਵਿੱਚ ਫਾਰਮੂਲੇ ਸੂਚਨਾ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਗਣਨਾਵਾਂ ਕਰਨ ਲਈ ਵਰਤੇ ਜਾਂਦੇ ਹਨ ਸਿੰਪਲ ਮਤਲਬ ਹੈ ਕਿ ਜਿਹੜਾ ਫਾਰਮੂਲੇ ਆ ਕਿਸ ਲਈ ਵਰਤੇ ਜਾਂਦੇ ਆ ਗਣਨਾਵਾਂ ਕਰਨ ਲਈ ਐਕਸਲ ਦੇ ਵਿੱਚ ਠੀਕ ਹੈ ਤੇ ਸਕੂਲ ਸਕੂਲ ਦੇ ਨਤੀਜਿਆਂ ਅਤੇ ਵਿਦਿਆਰਥੀਆਂ ਦੀ ਫੀਸਾਂ ਆਦਿ ਦਾ ਸੰਬੰਧਿਤ ਡਾਟਾ ਉੱਪਰ ਗਣਨਾਵਾਂ ਕਰਨ ਲਈ ਵੱਖ-ਵੱਖ ਫਾਰਮੂਲੇ ਦੀ ਵਰਤੋਂ ਕੀਤੀ ਜਾਂਦੀ ਹੈ ਸਿੰਪਲ ਜੀ ਗੱਲ ਹੈ ਕਿ ਸਕੂਲਾਂ ਦੇ ਵਿੱਚ ਕਿਸ ਲਈ ਵਰਤਿਆ ਜਾਂਦਾ ਨਤੀਜਾ ਕੱਢਣ ਲਈ ਤੇ ਵਿਦਿਆਰਥੀਆਂ ਦੀ ਫੀਸਾਂ ਦੀ ਗਿਣਨਾ ਕਰਨ ਲਈ ਮਤਲਬ ਕੈਲਕੂਲੇਸ਼ਨ ਕਰਨ ਲਈ ਸੋਗੇ ਕੰਦੇ ਵਿੱਚ ਐਕਸਲ ਵਿੱਚ ਫਾਰਮੂਲੇ ਹਮੇਸ਼ਾ ਬਰਾਬਰ ਚਿੰਨ੍ਹ ਨਾਲ ਸ਼ੁਰੂ ਹੁੰਦੇ ਹਨ ਠੀਕ ਹੈ فورمولہ کی ورتوں لی آم طور آم طور پہ سیل ریفرنساں اوپریٹر کی ورتوں کی جاتی ہے فورمولی دیا کچھ ادارن ہیٹ لکھے انوسار ہیں ٹھیک ہے سو دیکھو بچے کہڑے کہڑے ادارن ہیں دیکھو ایکلس ٹو انہوں نے کہا نہ فارمولی برابر کے چین تو سٹارٹ ہوں سو ایکوز ٹو ڈی پلس ففٹی پلس ڈی پلس ایٹی پلس ڈی پلس ٹوینٹی ون یہاں نے ٹوٹل کر دینا ٹھیک ہے جمع کر دینا یہ فورمولی ہے اس کے بعد بچوں سیکنڈ فارمولا دیکھو اکوز ٹو بی پلس سکسٹین پلس سی پلس سکسٹین پلس کرنا ہے ڈرائٹ کلوز کر کے بچے اس بعد انہوں نے ملٹیپلائی ون پوائنٹ زیرو سیون ٹھیک ہے سو یہ بھی سولو کر کے انہوں نے دے دینا ہے اوکے سو یہ پارٹ بھی ہے دونوں چیک کر سکتے ہیں کہ مارجنز کی ہیں ٹھیک ہے دونوں میں ایک کرنا ہے ਸੋ ਜੇ ਮਾਰਜਨ ਕੀ ਹੁੰਦੇ ਆ ਆ ਦੇਖੋ ਆ ਤੁਸੀਂ ਹੁਣੀ ਦੇਖ ਰਿਹਾ ਹੋਣਾ ਨਾ ਆ ਤੁਹਾਨੂੰ ਦਿਖ ਰਿਹਾ ਹੋਣਾ ਇਹਦੇ ਵਿੱਚ ਦੇਖੋ ਲਾਸਟ ਵਿੱਚ ਤੁਹਾਨੂੰ ਦਿਖ ਰਿਹਾ ਨਾ ਮਾਰਜਨ ਲਗਾਏ ਹੋਏ ਆ ਤਾਂ ਕਿ ਇਹ ਤੋਂ ਬਾਹਰ ਨਾ ਜਾਵੇ ਇਹਨੂੰ ਹੀ ਮਾਰਜਨ ਕਿਹਾ ਜਾਂਦਾ ਹੈ ਠੀਕ ਹੈ ਸਿੰਪਲ ਸੋ ਦੇਖੋ ਬੱਚੇ ਕਹਿੰਦੇ ਮਾਰਜਨ ਨੂੰ ਹਾਸ਼ੀਆ ਵੀ ਕਿਹਾ ਜਾਂਦਾ ਹੈ ਠੀਕ ਹੈ ਤੁਸੀਂ ਲਗਾਉਂਦੇ ਹੋ ਨਾ ਜਦੋਂ ਸ਼ੀਟਾਂ ਤੇ ਲਗਾਉਂਦੇ ਨੇ ਇਧਰਲੀ ਲਾਈਨ ਲਗਾ ਲੈਂਦੇ ਇਧਰ ਲਗਾ ਲੈਂਦੇ ਇਹਨੂੰ ਵੀ ਮਾਰਜਨ ਹੀ ਕਿਹਾ ਜਾਂਦਾ ਹੈ ਓਕੇ ਸੋ ਕਿੰਦੇ ਇਹ ਪੇਜ ਦੀ ਮੁੱਖ ਸਮਗਰੀ ਅਤੇ ਪੇਜ ਦੇ ਕਿਨਾਰਿਆਂ ਦੇ ਵਿਚਕਾਰ ਦੀ ਖਾਲੀ ਜਗ੍ਹਾ ਹੁੰਦੀ ਹੈ ਠੀਕ ਹੈ ਅਸੀਂ ਇੱਕ ਪੇਜ ਦੀ ਚਾਰੇ ਦਿਸ਼ਾਵਾਂ ਟੌਪ ਬਾਟਮ ਲੈਫਟ ਵਿੱਚ ਮਾਰਜਨ ਸੈੱਟ ਕਰ ਸਕਦੇ ਹਾਂ ਠੀਕ ਹੈ ਐਮ ਐਸ ਵਰਡ ਵਿੱਚ ਇੱਕ ਨਵੇਂ ਡਾਕੂਮੈਂਟ ਦੇ ਮਾਰਜਨ ਨੋਰਮਲ ਮੁੱਲ ਤੇ ਸੈੱਟ ਕੀਤੇ ਜਾਂਦੇ ਹਨ ਜਿਸ ਦਾ ਅਰਥ ਹੈ ਕਿ ਡਾਕੂਮੈਂਟ ਚਾਰੇ ਪਾਸੇ 1 ਇੰਚ ਦੀ ਖਾਲੀ ਜਗ੍ਹਾ ਮਾਰਜਨ ਸੈੱਟ ਵੱਜੋਂ ਕੀਤੀ ਜਾਂਦੀ ਹੈ ਠੀਕ ਹੈ ਅਸੀਂ ਆਪਣੀ ਜ਼ਰੂਰਤ ਅਨੁਸਾਰ ਡਾਕੂਮੈਂਟ ਦੇ ਮਾਰਜਨ ਦਾ ਆਕਾਰ ਵੀ ਬਦਲ ਸਕਦੇ ਹਾਂ ਸਿੰਪਲ ਬੱਚੇ ਐਮ ਐਸ ਵਰਡ ਵਿੱਚ ਤਾਂ ਸਿੰਪਲ ਉਹਨਾਂ ਨੇ 1 ਇੰਚ ਦੀ ਜਗ੍ਹਾ ਛੱਡੀ ਹੁੰਦੀ ਆ ਆ ਦੇਖੋ ਜਿੱਦਾਂ 1 ਇੰਚ ਦੀ ਜਗ੍ਹਾ ਛੱਡੀ ਹੈ ਨਾ ਇੱਥੇ ਕਿੰਨਾ ਕ ਮਾਰਜਨ ਦਵੇ ਠੀਕ ਹੈ ਸੋ ਬਾਕੀ ਤੁਸੀਂ ਇਹਨੂੰ ਸੈੱਟ ਵੀ ਕਰ ਸਕਦੇ ਹੋ ਤੁਸੀਂ ਘਟਾ ਵਧਾ ਵੀ ਸਕਦੇ ਆ ਸੋ ਇਹਨੂੰ ਮਾਰਜਨ ਕਹਿੰਦੇ ਨੇ ਸਿੰਪਲ ਉਸ ਤੋਂ ਬਾਅਦ ਬੱਚੇ ਪੰਜਵਾਂ ਪ੍ਰਸ਼ਨ ਹੈ ਕਿ ਲੂਪਿੰਗ ਕੀ ਹੈ ਤਿੰਨ ਵੱਖ-ਵੱਖ ਕਿਸਮਾਂ ਦੀਆਂ ਲੂਪਿੰਗ ਸਟੇਟਮੈਂਟਸ ਦੇ ਨਾਮ ਲਿਖਣੇ ਆ ਸਿਰਫ ਨਾਮ ਲਿਖਣੇ ਆ ਲੂਪਿੰਗ ਕੀ ਹੈ ਤਿੰਨ ਵੱਖ-ਵੱਖ ਕਿਸਮਾਂ ਦੇ ਲੂਪਿੰਗ ਸਟੇਟਮੈਂਟਸ ਦੇ ਨਾਮ ਲਿਖਣੇ ਆਪਾਂ ਠੀਕ ਹੈ ਦੇਖੋ ਕਿ ਬੱਚੇ ਕਹਿੰਦੇ ਕਿ ਉਹ ਕੰਟਰੋਲ ਸਟੇਟਮੈਂਟ ਜਿਨ੍ਹਾਂ ਦੀ ਵਰਤੋਂ ਪ੍ਰੋਗਰਾਮ ਵਿੱਚ ਹਦਾਇਤਾਂ ਦੇ ਸਮੂਹ ਨੂੰ ਦੁਹਰਾਉਣ ਲਈ ਕੀਤੀ ਜਾਂਦੀ ਹੈ ਬੱਚੇ ਕੰਟਰੋਲ ਸਿਸਟਮ ਹੁੰਦੀ ਹੈ ਜਿਹਦੇ ਜਿਨ੍ਹਾਂ ਦੀ ਵਰਤੋਂ ਕਿਸ ਲਈ ਕੀਤਾ ਜਾਂਦੇ ਹੈ ਪ੍ਰੋਗਰਾਮਾਂ ਵਿੱਚ ਹਦਾਇਤਾਂ ਨੂੰ ਦੁਹਰਾਉਣ ਲਈ ਲੂਪ ਤਾਂ ਪਤਾ ਨਾ ਅਪਾ ਵੀਡੀਓ ਨੂੰ ਲੂਪ ਤੇ ਲਗਾ ਦਿੰਦੇ ਹਾਂ ਬਾਰ-ਬਾਰ ਦੇਖਦੇ ਰਹਿੰਦੇ ਸੇਮ ਪ੍ਰੋਗਰਾਮਾਂ ਨੂੰ ਬਾਰ-ਬਾਰ ਦੇਖਣ ਲਈ ਕੀਤੀ ਜਾਂਦੀ ਹੈ ਠੀਕ ਹੈ ਸੋ ਉਹਨਾਂ ਨੂੰ ਲੂਪਿੰਗ ਸਟੇਟਮੈਂਟ ਕਿਹਾ ਜਾਂਦਾ ਹੈ ਸੋ ਲੂਪਿੰਗ ਸਟੇਟਮੈਂਟ ਨੂੰ ਇਟ੍ਰੇਟਿਵ ਠੀਕ ਹੈ ਇਟੇਰੇਟਿਵ ਸਟੇਟਮੈਂਟਸ ਵੀ ਕਿਹਾ ਜਾਂਦਾ ਹੈ। ਸੀ ਪਾਸ਼ਾ ਵਿੱਚ ਹੇਠ ਲਿਖੇ ਤਿੰਨ ਲੂਪਿੰਗ ਸਟੇਟਮੈਂਟਸ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਬੱਚੇ ਪਹਿਲਾ ਹੈ ਫੋਰ ਲੂਪੀ ਲੂਪ, ਦੂਸਰਾ ਵਾਈਲ ਲੂਪ ਤੇ ਤੀਸਰਾ ਡੂ ਵਾਈਲ ਲੂਪ। ਓਕੇ ਬਹੁਤ ਈਜ਼ੀ ਹੈ ਕਰ ਲਿਓ। ਤੋਂ ਬਾਅਦ ਬੱਚੇ ਸ਼ੇਮਾ ਪ੍ਰਸ਼ਨ ਹੈ ਕਿ ਜੀਪੀਐਸ ਟੈਕਨੋਲੋਜੀ ਕੀ ਹੈ? ਬੱਚੇ ਹੁਣੀ ਆਪਾਂ ਜੀਪੀਐਸ ਟੈਕਨੋਲੋਜੀ ਕੀਤਾ ਸੀ ਨਾ। ਇਹਦੀ ਫੁੱਲ ਫਾਰਮ ਦੱਸੋ। ਗਲੋਬਲ ਪੋਜੀਸ਼ਨਿੰਗ ਸਿਸਟਮ। ਠੀਕ ਹੈ ਡੋਨਟ ਮਿਸਟੇਕ ਗਲੋਬਲ ਪੋਜੀਸ਼ਨਿੰਗ ਸਿਸਟਮ। ਕੀ ਜੀਪੀਐਸ ਟੈਕਨੋਲੋਜੀ ਕੀ ਹੈ ਠੀਕ ਹੈ ਤੁਹਾਨੂੰ ਪਤਾ ਹੀ ਹੋਣਾ 올ਮੋਸਟ ਬੱਚਿਆਂ ਨੂੰ ਪਤਾ ਨਾ ਜੀਪੀਐਸ ਦੀ ਵਰਤੋਂ ਆਪਾਂ ਕਿਉਂ ਕਰਦੇ ਹਾਂ ਕੋਈ ਲੋਕੇਸ਼ਨ ਲੱਭਣ ਲਈ ਠੀਕ ਹੈ ਸੋ ਕਹਿੰਦੇ ਜੀਪੀਐਸ ਦਾ ਫੁੱਲ ਫਾਰਮ ਕੀ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ ਹੈ ਠੀਕ ਹੈ ਅੱਜ ਹਰ ਸਮਾਰਟਫੋਨ ਵਿੱਚ ਜੀਪੀਐਸ ਉਪਲਬਧ ਹੈ ਇਹ ਤਾਂ ਤੁਹਾਨੂੰ ਪਤਾ ਹੀ ਆ ਜੀਪੀਐਸ ਦੀ ਵਰਤੋਂ ਕਿਸੇ ਵੀ ਜਗ੍ਹਾ ਦੀ ਭੂਗੋਲਿਕ ਸਥਿਤੀ ਲੱਭਣ ਲਈ ਕੀਤੀ ਜਾਂਦੀ ਹੈ ਸੇਮ ਉਹੀ ਬੱਚੇ ਜੋ ਤੁਹਾਨੂੰ ਪਤਾ ਨਾ ਲਿਖ ਦਿਓ ਤੁਹਾਨੂੰ ਨੰਬਰ ਮਿਲ ਜਾਣਾ ਹੈ ਇਹ ਇੱਕ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਹੈ ਠੀਕ ਹੈ ਇਸ ਦੀ ਮਦਦ ਨਾਲ ਕਿਸੇ ਵੀ ਸਥਾਨ ਸਥਾਨਾਂ ਵਿਚਕਾਰ ਦੋ ਸਥਾਨਾਂ ਵਿਚਕਾਰ ਦੂਰੀ ਰਸਤਾ ਲੱਭ ਸਕਦੇ ਹਾਂ ਦੂਰੀ ਪਤਾ ਕਰ ਸਕਦੇ ਹਾਂ ਰਸਤਾ ਲੱਭ ਸਕਦੇ ਹਾਂ ਅਸੀਂ ਜਦੋਂ ਅਸੀਂ WhatsApp ਉੱਪਰ ਕਿਸੇ ਨੂੰ ਵੀ ਆਪਣੀ ਲਾਈਵ ਲੋਕੇਸ਼ਨ ਸੈਂਡ ਕਰਦੇ ਹਾਂ ਤਾਂ ਅਸੀਂ GPS ਦੀ ਵਰਤੋਂ ਕਰਦੇ ਹੁੰਦੇ ਹਾਂ ਸਿੰਪਲ ਹੈ ਬੱਚੇ ਜਦੋਂ ਕੋਈ ਚੀਜ਼ ਲੱਭ ਰਹੇ ਹੁੰਦੇ ਮੈਪ ਤੇ ਉਹ ਵੀ GPS ਦੀ ਵਰਤੋਂ ਕਰ ਰਹੇ ਹੁੰਦੇ ਆ ਓਕੇ ਓਕੇ ਨੈਕਸਟ ਬੱਚੇ ਸਤਮਾ ਪ੍ਰਸ਼ਨ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ ਠੀਕ ਹੈ ਬੈਰੀ ਬੈਰੀ ਮੋਸਟ ਇੰਪੋਰਟੈਂਟ ਬੱਚੇ ਸਾਰੇ ਬਹੁਤ ਇੰਪੋਰਟੈਂਟ ਕੋਪਰੇਸ਼ਨਸ ਹੈ ਇਹ ਜਿਹੜਾ ਮਰਜੀ ਪੇਪਰ ਆਏ ਇਹਨਾਂ ਵਿੱਚੋਂ ਇੰਪਰੇਸ਼ਨ ਤਾਂ ਤੁਹਾਨੂੰ ਹੋਣਗੇ ਹੋਣਗੇ ਦੇਖੋ ਬੱਚੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ ਸੋ ਬੱਚੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਨੂੰ ਪਤਾ ਹੈ ਏਆਈ ਜੋ ਕਿ ਅੱਜਕੱਲ ਬਹੁਤ ਵੱਧ ਰਿਹਾ ਹੈ ਹੈਨਾ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਭਾਵ ਬੋਧਿਕ ਯੋਗਤਾ ਨੂੰ ਬਨਾਵਟੀ ਤਰੀਕੇ ਨਾਲ ਵਿਕਸਿਤ ਕਰਨਾ ਹੈ ਠੀਕ ਹੈ ਮਤਲਬ ਕਿ ਕੰਪਿਊਟਰ ਦਿਮਾਗ ਤੁਸੀਂ ਕਹਿ ਸਕਦੇ ਹੋ ਸੋ ਏਆਈ ਕੰਪਿਊਟਰ ਸਾਇੰਸ ਦੀ ਇੱਕ ਅਜੀਹਾ ਸਾਖ ਸ਼ਾਖਾ ਹੈ ਜੋ ਮਸ਼ੀਨਾਂ ਨੂੰ ਮਨੁੱਖ ਦੀ ਤਰ੍ਹਾਂ ਸੂਝ-ਬੂਝ ਨਾਲ ਕੰਮ ਕਰਨ ਯੋਗ ਬਣਾਉਂਦੀ ਹੈ ਪਤਾ ਹੀ ਹੈ ਹੁਣ ਕਿੰਨਾ ਤੇ AI ਕਿੰਨਾ ਐਡਵਾਂਸ ਹੋ ਗਿਆ ਹੈ ਠੀਕ ਹੈ ਇਨਸਾਨ ਤੋਂ ਵੀ ਜ਼ਿਆਦਾ ਫਾਸਟ ਕੈਲਕੂਲੇਸ਼ਨ ਵਗੈਰਾ ਹਰ ਇੱਕ ਚੀਜ਼ ਕਰ ਲੈਂਦੀ ਹੈ ਠੀਕ ਹੈ ਵੀਡੀਓ ਬਣਾਉਣਾ ਇਮੇਜ ਐਡੀਟਿੰਗ ਕਰਨਾ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਮਨੁੱਖੀ ਮਨੁੱਖੀ ਜੀਵਨ ਨੂੰ ਆਸਾਨ ਅਤੇ ਆਰਾਮਦਾਇਕ ਬਣਾਉਣ ਲਈ ਸਮਾਰਟ ਮਸ਼ੀਨਾਂ ਵਿਕਸਿਤ ਕੀਤੀਆਂ ਜਾਂਦੀਆਂ ਹਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਕੁਝ ਉਦਾਹਰਣਾਂ ਰੋਬੋਟਸ ਸਮਾਰਟ ਕਾਰਡਾਂ ਡਰੋਨ ਸਿਸਟਮ ਐਲੈਕਸਾ ਤੇ ਹੁਣ ਬੱਚੇ ਜਿਹੜਾ Samsung ਦਾ S24 ਆਉਣ ਲੱਗਾ ਪੂਰਾ AI ਆ ਜਿਹੜਾ ਫੋਨ ਹੈ ਉਹ ਪੂਰਾ ਹੀ ਸਰਚ ਕਰਕੇ ਦੇਖਿਓ ਉਹ ਕੀ ਕੁਝ ਨਹੀਂ ਕਰ ਸਕਦਾ ਫੋਨ ਵਿਦਆਊਟ ਇੰਟਰਨੈਟ ਤੁਹਾਡਾ ਹਰ ਇੱਕ ਚੀਜ਼ ਟ੍ਰਾਂਸਲੇਟ ਕਰ ਸਕਦਾ ਬਹੁਤ ਕੁਝ ਹੈ ਵੀਡੀਓ ਦਾ ਐਡੀਟਿੰਗ ਵਗੈਰਾ ਸਾਰਾ ਦਿੱਤਾ ਹੋਇਆ ਉਸ ਤੋਂ ਬਾਅਦ ਵਿੱਚ ਅੱਠਵਾਂ ਪ੍ਰਸ਼ਨ ਹੈ ਕਿ ਨੈਟ ਬੈਂਕਿੰਗ ਬਾਰੇ ਤੁਸੀਂ ਕੀ ਜਾਣਦੇ ਹੋ ਠੀਕ ਹੈ ਸੋ ਕਹਿੰਦੇ ਨੈਟ ਬੈਂਕਿੰਗ ਨੂੰ ਇੰਟਰਨੈਟ ਬੈਂਕਿੰਗ ਵੀ ਕਹਾ ਜਾਂਦਾ ਹੈ ਬੱਚੇ ਅੱਜਕੱਲ ਤੁਸੀਂ ਜੋ ਵੀ ਇੰਟਰਨੈਟ ਰਾਈ ਬੈਂਕਿੰਗ ਕਰ ਰਹੇ ਹੋ ਨਾ ਇਹ ਜੋ ਵੀ ਚਲਾ ਰਹੇ ਹੋ ਠੀਕ ਹੈ ਜਦ ਤੁਸੀਂ ਆਫੀਸ਼ੀਅਲ ਵੈਬਸਾਈਟ ਦੀ ਯੂਜ਼ ਕਰ ਰਹੇ ਹੋ ਜਾਂ ਐਪ ਉਹਨਾਂ ਦੀ ਯੂਜ਼ ਕਰ ਰਹੇ ਹੋ ਕਿਸੇ ਬੈਂਕ ਦੀ ਜਾਂ ਤੁਸੀਂ ਪੀਟੀਐਮ ਵਗੈਰਾ ਫੋਨਪੇ ਕੋਈ ਵੀ ਐਪ ਚਲਾ ਰਹੇ ਹੋ ਪੇਮੈਂਟ ਕਰਨ ਲਈ ਸਾਰਾ ਨੈਟ ਬੈਂਕਿੰਗ ਹੀ ਕਿਹਾ ਜਾਂਦਾ ਹੈ ਸੋ ਕਹਿੰਦੇ ਨੈਟ ਬੈਂਕਿੰਗ ਦੇ ਵਰਤੋਂ ਕਰਦੇ ਹੋਏ ਅਸੀਂ ਬੈਂਕਾਂ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਕੰਮ ਘਰ ਬੈਠੇ ਹੀ ਕਰ ਸਕਦੇ ਹਾਂ ਠੀਕ ਹੈ ਕਿਸੇ ਵੀ ਆਸਾਨੀ ਨਾਲ ਕਰ ਸਕਦੇ ਹਾਂ ਸੋ ਦੇਖੋ ਕਿਹੜੇ-ਕਿਹੜੇ ਜਿਵੇਂ ਕਿ ਆਪਣੇ ਖਾਤੇ ਦੀ ਸਟੇਟਮੈਂਟ ਦੇਖ ਸਕਦੇ ਹਾਂ ਉਹ ਤੁਹਾਨੂੰ ਪਤਾ ਹੀ ਹੈ ਪੇਟੀਐਮ ਤੇ ਦੇਖ ਲਓ ਸੈਕਿੰਡ ਵਕ ਵਕ ਕਿਸਮਾਂ ਦੀ ஆன்ਲਾਈਨ ਪੇਮੈਂਟ ਕਰਦੇ ਹਈ ਆਪਾਂ ਤੀਸਰਾ ਬਿੱਲਾਂ ਦਾ ਭੁਗਤਾਨ ਇਹ ਵੀ ਕਰਦੇ ਹਾਂ ਦੂਸਰਾ ਬਚਤ بیمਾ ਵਿੱਚ ਪੈਸੇ ਟਰਾਂਸਫਰ ਵਿੱਚ ਜਿੱਥੇ ਮਰਜੀ ਪੈਸੇ ਟਰਾਂਸਫਰ ਕਰਾ ਲਓ ਹੋ ਸਕਦਾ ਹੈ ਠੀਕ ਹੈ ਇਹਨੂੰ ਹੀ ਨੈਟ ਬੈਂਕਿੰਗ ਕਹਿੰਦੇ ਆ ਨੈਟ ਬੈਂਕਿੰਗ ਬਾਰੇ ਜਾਣਕਾਰੀ ਦਿਓ ਜਾਂ ਇਹਦੇ ਵਿੱਚ ਤੁਹਾਨੂੰ ਆਪਸ਼ਨ ਵੀ ਹੈ ਇੱਕ ਕਿ ਈ-ਕਾਮਰਸ ਤੋਂ ਕੀ ਭਾਵ ਹੈ ਕੀ ਸਮਝਦੇ ਹੋ ਇਹ ਦੋਨਾਂ ਵਿੱਚੋਂ ਤੁਸੀਂ ਇੱਕ ਕਰਨਾ ਹੈ ਸੋ ਬੱਚੇ ਪ੍ਰਸ਼ਨ ਸੀ ਈ-ਕਾਮਰਸ ਤੋਂ ਤੁਸੀਂ ਕੀ ਸਮਝਦੇ ਹੋ ਸੋ ਬੱਚੇ ਈ-ਕਾਮਰਸ ਮਤਲਬ ਆਨਲਾਈਨ ਤੁਸੀਂ ਟਰੇਡਿੰਗ ਕਰਨਾ ਠੀਕ ਹੈ ਮਤਲਬ ਬਿਜ਼ਨਸ ਕਰਨਾ ਸਾਰੀ ਵਸਤੂਆਂ ਨੂੰ ਖਰੀਦਣਾ ਤੇ ਵੇਚਣਾ ਨੂੰ ਆਨਲਾਈਨ ਕਮਰਸ ਕਿਹਾ ਜਾਂਦਾ ਹੈ ਠੀਕ ਹੈ ਬੱਚੇ ਈ-ਕਾਮਰਸ ਦੇਖੋ ਕੀ ਲਿਖਿਆ ਹੈ ਈ-ਕਾਮਰਸ ਨੂੰ ਇਲੈਕਟ੍ਰੋਨਿਕ ਕਮਰਸ ਜਾਂ ਇੰਟਰਨੈਟ ਕਮਰਸ ਵੀ ਕਿਹਾ ਜਾਂਦਾ ਹੈ ਈ-ਕਮਰਸ ਤੋਂ ਪਰ ਹੈ ਇੰਟਰਨੈਟ ਰਾਹੀਂ ਵਸਤਾਂ ਨੂੰ ਖਰੀਦਣਾ ਤੇ ਵੇਚਣਾ ਸੇਵਾਵਾਂ ਦੀ ਵਰਤੋਂ ਕਰਨਾ ਪੈਸਿਆਂ ਦਾ ਲੈਣ-ਦੇਣ ਕਰਨਾ ਸੋ ਈ-ਕਮਰਸ ਦੀ ਮਦਦ ਨਾਲ ਵਪਾਰ ਤੇ ਕਾਰੋਬਾਰ ਬਹੁਤ ਪਰਫੂਲਤ ਹੋਏ ਹਨ ਜਿਵੇਂ ਕਿ ਐਮਾਜ਼ਨ ਫਲਿੱਪਕਾਰਟ ਈਬੇ ਆਲੈਕਸ ਇਹ ਸਾਰੇ ਕੀ ਹੈ ਈ-ਕਮਰਸ ਦੇ ਵੈੱਬਸਾਈਟਸ ਹੈ ਠੀਕ ਹੈ ਉਹਨਾਂ ਆਨਲਾਈਨ ਕਰੇ ਸਮਾਨ ਮੰਗਾ ਲੈਂਦੇ ਨੇ ਇਹਨੂੰ ਹੀ ਈ-ਕਮਰਸ ਕਿਹਾ ਜਾਂਦਾ ਹੈ ਸਿੰਪਲ ਨੈਕਸਟ ਬੱਚੇ ਤੁਹਾਡਾ ਈਡੀ ਪਾਰਟ ਸਟਾਰਟ ਹੋ ਜਾਂਦਾ ਜੋ ਕਿ 6 6 ਨੰਬਰ ਦੇ ਦੋ ਕੁਐਸਚਨਸ ਹੋਣਗੇ ਮਤਲਬ ਚਾਰ ਕੁਐਸਚਨ ਹੈ ਉਹਨਾਂ ਵਿੱਚ ਕਰਨੇ ਤੁਸੀਂ ਦੋ ਹੈ ਠੀਕ ਹੈ ਸੋ ਦੇਖੋ ਅਚ ਫਰਸਟ 9th ਹੈ ਕਿ ਨੈਟਵਰਕ ਯੰਤਰ ਕੀ ਹਨ ਕਿਸੇ ਵੀ ਤਿੰਨ ਨੈਟਵਰਕ ਯੰਤਰਾਂ ਦਾ ਵਰਣਨ ਕਰਨਾ ਹੈ ਨੈਟਵਰਕ ਯੰਤਰ ਕੀ ਹਨ ਕਿਸੇ ਤਿੰਨ ਨੈਟਵਰਕ ਯੰਤਰਾਂ ਦਾ ਵਰਣਨ ਕਰਨਾ ਕਿਸੇ ਤਿੰਨ ਦਾ ਵਰਣਨ ਵੀ ਕਰਨਾ ਹੈ ਸੋ ਬੱਚੇ ਦੇਖੋ ਕੀ ਹੈ ਉੱਤਰ ਵਿੱਚ ਨੈਟਵਰਕ ਯੰਤਰ ਤੋਂ ਭਾਵ ਹੈ ਉਹ ਹਾਰਡਵੇਅਰ ਯੰਤਰ ਤੋਂ ਹੈ ਜੋ ਇੱਕ ਨੈਟਵਰਕ ਬਣਾਉਣ ਲਈ ਵਰਤੇ ਜਾਂਦੇ ਹਨ ਠੀਕ ਹੈ ਵੱਖ-ਵੱਖ ਕਿਸਮਾਂ ਦੇ ਨੈਟਵਰਕਾਂ ਲਈ ਵੱਖ-ਵੱਖ ਤਰ੍ਹਾਂ ਦੇ ਨੈਟਵਰਕ ਯੰਤਰ ਯੂਜ਼ ਕੀਤੇ ਜਾਂਦੇ ਹਨ ਜਿਵੇਂ ਕਿ ਸਵਿਚ ਹੱਬ ਰਾਊਟਰ ਬ੍ਰਿਜ ਠੀਕ ਹੈ ਗੇਟਵੇ ਬ੍ਰਾਊਜ਼ਰ ਆਦਿ ਮੁੱਖ ਤਰ੍ਹਾਂ ਦੇ ਨੈਟਵਰਕ ਯੰਤਰਾਂ ਦਾ ਵਰਣਨ ਇਸ ਤਰ੍ਹਾਂ ਹੈ ਦੇਖੋ ਬੱਚੇ ਤਿੰਨ ਤਰ੍ਹਾਂ ਦੇ ਸਾਡੇ ਨੈਟਵਰਕ ਅੰਤਰੈ ਸਭ ਤੋਂ ਪਹਿਲਾਂ ਸਵਿਚ ਕਹਿੰਦੇ ਇਹ ਉਪਕਰਨ ਇੱਕ ਨੈਟਵਰਕ ਵਿੱਚ ਮੌਜੂਦ ਵੱਖ-ਵੱਖ ਡਿਵਾਈਸਾਂ ਜਿਵੇਂ ਕੰਪਿਊਟਰ, ਪ੍ਰਿੰਟਰਸ, ਰਾਊਟਰ ਜਾਂ ਹੋਰ ਸਵਿਚਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਤਾਂ ਕਿ ਇਹ ਡਿਵਾਈਸ ਆਪਸ ਵਿੱਚ ਸੰਚਾਰ ਕਰਨ ਯੋਗ ਬਣ ਸਕਣ ਠੀਕ ਹੈ ਮੈਨੂੰ ਤੁਹਾਨੂੰ ਪਤਾ ਹੀ ਨਾ ਸਾਰਾ ਪ੍ਰਿੰਟਰਸ ਵਗੈਰਾ ਕੰਪਿਊਟਰ ਦੇ ਨਾਲ ਹੀ ਜੁੜਿਆ ਹੁੰਦਾ ਹੈ ਸੋ ਜੋ ਵੀ ਆਪਾਂ ਉੱਥੇ ਡਾਟਾ ਡਾਊਨਲੋਡ ਕਰ ਰਹੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਹਰ ਇੱਕ ਚੀਜ਼ਾਂ ਨੂੰ ਠੀਕ ਹੈ ਸੋ ਆਪਾਂ ਨਾਲ ਹੀ ਪ੍ਰਿੰਟ ਆਊਟ ਨਿਕਲ ਜਾਂਦਾ ਹੈ ਸੋ ਇਸ ਲਈ ਕਿੰਨੇ ਸਵਿਚ ਦੀ ਵਰਤੋਂ ਆਪਾਂ ਸਾਰੀ ਚੀਜ਼ਾਂ ਨੂੰ ਆਪਸ ਵਿੱਚ ਜੋੜ ਦਿੰਦੇ ਹਾਂ ਇੱਕੋ ਵਿੱਚ ਜੁੜੇ ਹੁੰਦੇ ਆ ਸੋ ਵਿੱਚ ਇੱਕ ਰਾਊਟਰ ਹੁੰਦਾ ਆ ਠੀਕ ਹੈ ਦੇਖੋ ਰਾਊਟਰ ਕੀ ਹੈ ਇਹ ਉਪਕਰਣ ਸਾਡੇ ਨੈਟਵਰਕ ਨਾ ਨੈਟਵਰਕ ਨੂੰ ਇੰਟਰਨੈਟ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ ਇਹ ਇੱਕ ਸਵਿਚ ਵਰਗਾ ਉਪਕਰਣ ਹੁੰਦਾ ਹੈ ਜੋ ਕਿ ਡਾਟਾ ਪੈਕੇਜ ਨੂੰ ਉਸਦੇ ਆਈਪੀ ਐਡਰੈਸ ਤੇ ਆਧਾਰ ਤੇ ਨੈਟਵਰਕ ਉੱਪਰ ਭੇਜਦਾ ਹੈ ਠੀਕ ਹੈ ਆਈਪੀ ਐਡਰੈਸ ਦੇ ਆਧਾਰ ਤੇ ਨੈਟਵਰਕ ਭੇਜਦਾ ਹੈ ਬੱਚੇ ਰਾਊਟਰ ਓਕੇ ਸੋ ਨੈਕਸਟ ਹੈ ਬੱਚੇ 브릿ਜ ਕਹਿੰਦੇ ਇਹ ਉਪਕਰਨ ਦੋ ਵੱਖਰੇ ਵੱਖਰੇ ਇਥਰਨੈਟ ਠੀਕ ਹੈ ਨੂੰ ਆਪਸ ਵਿੱਚ ਜੋੜਨ ਲਈ ਯੂਜ਼ ਕੀਤਾ ਜਾਂਦਾ ਹੈ मतलब ਲੈਂਡ ਜਿਹੜੇ ਲੋਕਲ ਏਰੀਆ ਨੈਟਵਰਕਸ ਹੈ ਨਾ ਇਹਨਾਂ ਨੂੰ ਆਪਸ ਵਿੱਚ ਜੋੜਨ ਲਈ 브릿ਜ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਤੇ ਅੱਗੇ ਕਹਿੰਦੇ ਡਾਟਾ ਪੈਕੇਟਸ ਨੂੰ ਨੈਟਵਰਕ ਵਿੱਚ ਅੱਗੇ ਭੇਜਣ ਲਈ ਇੱਕ ਮੈਕ ਹੁੰਦਾ ਇਹ ਮੈਕ ਐਡਰੈਸ ਹੁੰਦਾ ਹੈ ਠੀਕ ਹੈ ਸੋ ਇਹ ਉਪਕਰਨ ਵਿੱਚ ਸਿਰਫ ਇੱਕ ਇਨਪੁਟ ਪੋਰਟ ਅਤੇ ਇੱਕ ਹੀ ਆਊਟਪੁਟ ਪੋਰਟ ਹੁੰਦਾ ਹੈ ਇਸ ਲਈ ਇਸ ਨੂੰ ਦੋ ਪੋਰਟ ਉਪਕਰਣ ਵੀ ਕਿਹਾ ਜਾਂਦਾ ਹੈ। ਇਜ਼ੀ ਜਾਂ ਇਹ ਕਰ ਸਕਦੇ ਜਾਂ ਇਹਦਾ ਔਰ ਪਾਰਟ ਉਹਨਾਂ ਨੇ ਦਿੱਤਾ ਹੋਇਆ ਹੈ ਕਿ ਸੰਚਾਰ ਮੋਡ ਕੀ ਹੈ ਇਸ ਦੀਆਂ ਕਿਸਮਾਂ ਨੂੰ ਪਰਿਵਰਸ਼ਿਤ ਕਰੋ। ਬੱਚਾ ਸੰਚਾਰ ਮੋਡ ਕੀ ਹੈ ਇਸ ਦੀਆਂ ਕਿਸਮਾਂ ਨੂੰ ਪਰਿਵਰਸ਼ਿਤ ਕਰੋ। ਬੱਚਾ ਸੰਚਾਰ ਮੋਡ ਕਹਿੰਦੇ ਕਿ ਸੰਚਾਰ ਮੋਡ ਨੂੰ ਟ੍ਰਾਂਸਮਿਸ਼ਨ ਮੋਡ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਟ੍ਰਾਂਸਮਿਸ਼ਨ ਮੋਡ ਸੋ ਕਿਸੇ ਨੈਟਵਰਕ ਨਾਲ ਜੁੜੇ ਦੋ ਯੰਤਰਾਂ ਵਿਚਕਾਰ ਡਾਟਾ ਜਾਂ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਨੂੰ ਟ੍ਰਾਂਸਮਿਸ਼ਨ ਮੋਡ ਕਿਹਾ ਜਾਂਦਾ ਹੈ ਠੀਕ ਹੈ ਜਿਹੜੇ ਕਿ ਦੋ ਕੋਈ ਨੈਟਵਰਕ ਹੈ ਨਾ ਉਹਦੇ ਵਿੱਚ ਜੋੜ ਕੇ ਆਪਸ ਵਿੱਚ ਡਾਟਾ ਨੂੰ ਜਾਣਕਾਰੀ ਸ਼ੇਅਰ ਕਰਨਾ ਠੀਕ ਹੈ ਟ੍ਰਾਂਸਫਰ ਕਰਨਾ ਉਸ ਨੂੰ ਹੀ ਡਾਟਾ ਉਸ ਨੂੰ ਹੀ ਟ੍ਰਾਂਸਮਿਸ਼ਨ ਮੋਡ ਕਿਹਾ ਜਾਂਦਾ ਹੈ ਠੀਕ ਹੈ ਸੰਚਾਰ ਦੇ ਤਿੰਨ ਮੋਡ ਹਨ ਦੇਖੋ ਤਿੰਨ ਕਿਸਮ ਕਿਹੜੇ-ਕਿਹੜੇ ਆ ਇਹਦੇ ਮੋਡ ਸਿੱਧੇ ਤੁਸੀਂ ਡਾਇਗਰਾਮ ਬਣਾ ਦੇਣਾ ਤੁਹਾਨੂੰ इजीली ਵਧੀਆ ਨੰਬਰ ਮਿਲਨੇ ਠੀਕ ਹੈ ਸਭ ਤੋਂ ਪਹਿਲਾਂ ਸਿੰਪਲੈਕਸ ਫਿਰ ਹਾਈ ਡੁਪਲੈਕਸ ਫਿਰ ਫੁੱਲ ਡੁਪਲੈਕਸ ਠੀਕ ਹੈ ਸਿੰਪਲੈਕਸ ਤੁਸੀਂ ਇੱਥੋਂ ਸਮਝ ਸਕਦੇ ਹੋ ਬੱਚੇ ਆ ਦੇਖੋ ਚਿੱਤਰ ਬਣਿਆ ਹੋਇਆ ਸਿੰਪਲੈਕਸ ਵਿੱਚ ਸਿੰਪਲ ਹੁੰਦਾ ਹੈ ਕਿ A ਨੇ B ਨੂੰ ਟ੍ਰਾਂਸਫਰ ਕੀਤਾ ਠੀਕ ਹੈ ਹਾਫ ਡੁਪਲੈਕਸ ਵਿੱਚ ਹੁੰਦਾ ਕਿ A ਵੀ ਟ੍ਰਾਂਸਫਰ ਕਰ ਰਿਹਾ ਤੇ B ਵੀ ਟ੍ਰਾਂਸਫਰ ਕਰ ਰਿਹਾ ਠੀਕ ਹੈ ਤੇ ਫੁੱਲ ਡੁਪਲੈਕਸ ਵਿੱਚ ਹੁੰਦਾ ਵਿੱਚ ਦੋਨੋਂ ਮਤਲਬ ਕਿ ਇੱਧਰ ਵੀ ਉੱਧਰ ਵੀ ਦੇਖੋ ਨੋ ਰੀਡ ਕਰਦੇ ਆ ਇਹਦੇ ਵਿੱਚ ਇਦਾਂ ਨਹੀਂ ਸੀ ਇੱਕ ਵਾਰੀ ਇੱਕ ਟ੍ਰਾਂਸਫਰ ਕਰਦਾ ਦੂਸਰੀ ਵਾਰੀ ਦੂਸਰਾ ਟ੍ਰਾਂਸਫਰ ਕਰਦਾ ਇਹਦੇ ਵਿੱਚ ਇੱਕ ਸਾਥ ਹੀ ਹੋ ਸਕਦਾ ਹੈ ਤੀਸਰੇ ਦੇ ਵਿੱਚ ਸਬਚੇ ਕੇਂਦਰ ਕੀ ਸਿੰਪਲ ਮੋਡ ਵਿੱਚ ਕੀ ਹੁੰਦਾ ਇਹ ਸਿੰਪਲ ਸੰਚਾਰ ਮੋਡ ਵਿੱਚ ਸੰਚਾਰ ਇੱਕ ਦਿਸ਼ਾ ਵਿੱਚ ਹੁੰਦਾ ਠੀਕ ਹੈ ਇੱਕ ਸਾਈਡ ਤੋਂ ਬਸ ਇਸ ਮੋਡ ਵਿੱਚ ਸ਼ਾਮਿਲ ਉਪਕਰਨ ਸਿਰਫ ਇੱਕ ਉਪਕਰਨ ਸਿਗਨਲ ਭੇਜ ਸਕਦਾ ਹੈ ਅਤੇ ਦੂਸਰਾ ਸਿਗਨਲ ਸਿਰ ਪ੍ਰਾਪਤ ਕਰ ਸਕਦਾ ਹੈ ਉਦਾਹਰਨ ਤੇ ਲੋ ਉਦਾਹਰਨ ਦੇ ਤੌਰ ਤੇ ਕੀਬੋਰਡ ਅਤੇ ਕੰਪਿਊਟਰ ਦੇ ਵਿਚਕਾਰ ਸੰਚਾਰ ਕੀਬੋਰਡ ਸਰ ਭੇਜਦਾ ਹੀ ਹੁੰਦਾ ਨਾ ਤੇ ਦੂਸਰਾ ਸਿਰ ਰੀਡ ਹੀ ਕਰ ਸਕਦਾ ਹੈ ਕੰਪਿਊਟਰ ਤੋਂ ਨਾ ਕੀਬੋਰਡ ਨੂੰ ਕੁਝ ਭੇਜ ਸਕਦਾ ਹੈ ਲੈ ਵੀ ਤੂੰ ਵੀ ਕੁਝ ਦਿਖਾ ਠੀਕ ਹੈ ਮੈਂ ਟਾਈਪ ਕਰਦਾ ਇਦਾਂ ਨਹੀਂ ਹੋ ਸਕਦਾ ਨਾ ਹਾਫ ਡਿਪਲੈਕਸ ਮੋਡ ਵਿੱਚ ਕੀ ਹੁੰਦਾ ਹੈ ਕਿ ਇਸ ਮੋਡ ਵਿੱਚ ਸੰਚਾਰ ਦਾ ਪ੍ਰਵਾਹ ਦੋਵੇਂ ਦਿਸ਼ਾਵਾਂ ਵਿੱਚ ਹੁੰਦਾ ਹੋ ਸਕਦਾ ਹੈ ਠੀਕ ਹੈ ਪਰੰਤੂ ਇੱਕ ਸਮੇਂ ਸਿਰਫ ਇੱਕ ਉਪਕਰਨ ਹੀ ਸੰਚਾਰ ਕਰਨ ਯੋਗ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਲਈ ਵਾਕੀ ਟੋਕੀ ਯੂਜ਼ ਕੀਤੇ ਹੁੰਣਾ ਠੀਕ ਹੈ ਇੱਕ ਬੋਲਦਾ ਹੈ ਦੂਸਰਾ ਸੁਣਦਾ ਹੈ ਫਿਰ ਦੂਸਰਾ ਬੋਲਦਾ ਹੈ ਫਿਰ ਇਹ ਸੁਣਦਾ ਹੁੰਦਾ ਹੈ ਠੀਕ ਹੈ ਸੋ ਵਾਕੀ ਟੋਕੀ ਐਗਜ਼ਾਮਪਲ ਹੈ ਸੋ ਬੱਚੇ ਤੀਸਰਾ ਹੈ ਫੁੱਲ ਡਿਪਲੈਕਸ ਮੋਡ ਜਿਨ੍ਹਾਂ ਅੱਜ ਕੱਲ ਦੇ ਮੋਬਾਈਲ ਫੋਨ ਠੀਕ ਹੈ ਕਿ ਆਪਾਂ ਬੋਲਦੇ ਵੀ ਸੁਣਦੇ ਵੀ ਆ ਜਦੋਂ ਮਰਜ਼ੀ ਇੱਕ ਦੂਸਰੇ ਨੂੰ ਬੋਲਣ ਵੀ ਨਹੀਂ ਦਿੰਦੇ ਆ ਠੀਕ ਹੈ ਉਧਰੋਂ ਬੋਲੀ ਜਾਂਦਾ ਇਧਰੋਂ ਇਹ ਬੋਲੀ ਜਾਂਦਾ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ ਹੁੰਦਾ ਸੋ ਇਹਨੂੰ ਫੁੱਲ ਡਿਪਲੈਕਸ ਕਹਿੰਦੇ ਆ ਸੋ ਆਈ ਹੋਪ ਤੁਹਾਨੂੰ इजीली ਸਮਝ ਲੱਗਿਆ ਹੋਣਾ ਇਹਨੂੰ ਸਮਝਾਉਣ ਦੀ ਲੋੜ ਤਾਂ ਹੈ ਨਹੀਂ ਠੀਕ ਹੈ ਦੋ ਦਿਸ਼ਾਵਾਂ ਵਿੱਚ ਹੁੰਦਾ ਹੈ ਪਰੰਤੂ ਇਸ ਸਮੇਂ ਇਸ ਵਿੱਚ ਇੱਕੋ ਸਮੇਂ ਹੀ ਦੋਵੇਂ ਦਿਸ਼ਾਵਾਂ ਵਿੱਚ ਸੰਚਾਰ ਸੰਭਵ ਹੋ ਸਕਦਾ ਹੈ ਠੀਕ ਹੈ ਇਹ ਬਹੁਤ ਹੀ ਤੇਜ਼ ਮੋਡ ਹੁੰਦਾ ਹੈ ਦੋਨਾਂ ਵਿੱਚੋਂ ਇੱਕ ਕਰਨਾ ਹੈ ਜਿਹੜਾ ਮਰਜ਼ੀ ਕਰ ਲਿਓ ਜਿਹੜਾ ਈਜ਼ੀ ਲੱਗੇ ਉਸ ਤੋਂ ਬਾਅਦ ਬੱਚੇ ਦਸਵਾਂ ਹੈ ਈ ਗਵਰਨੈਂਸ ਦੇ ਲ ਠੀਕ ਹੈ ਸੋ ਬੱਚੇ ਦੇਖੋ ਈ ਗਵਰਨੈਂਸ ਦੇ ਲਾਭ ਹਾਨੀਆਂ ਕੀ ਹਨ ਠੀਕ ਹੈ ਈ ਗਵਰਨੈਂਸ ਦੇ ਲਾਭ ਅਤੇ ਹਾਨੀਆਂ ਸੋ ਬੱਚੇ ਸਭ ਤੋਂ ਪਹਿਲਾਂ ਆਪਾਂ ਈ ਗਵਰਨੈਂਸ ਦੇ ਲਾਭ ਤੇ ਹਾਨੀਆਂ ਇਸ ਪ੍ਰਕਾਰ ਹਨ ਇਹਦੇ ਵਿੱਚ ਲਿਖਣਾ ਹੈ ਲਾਭ ਬੱਚੇ ਲਾਭ ਕੀ ਹੈ ਈ ਗਵਰਨੈਂਸ ਸਿੰਪਲ ਬੱਚੇ ਆਨਲਾਈਨ ਗਵਰਨਸ ਕਰਨਾ ਠੀਕ ਹੈ ਮਤਲਬ ਗੌਰਮੈਂਟ ਦੇ ਸਾਰੇ ਕੰਮ ਕਰਨੇ ਠੀਕ ਹੈ ਸਿੰਪਲ ਆਨਲਾਈਨ ਵਾਲਾ ਜਿਦਾਂ ਤੁਹਾਨੂੰ ਪਤਾ ਆਨਲਾਈਨ ਆਵਾadhar ਕਾਰਡ ਵਗੈਰਾ ਸਾਰਾ ਕੁਝ ਬਣਾ ਸਕਦੇ ਨੇ ਹਰ ਇੱਕ ਚੀਜ਼ ਆ ਬਣਾ ਸਕਦੇ ਆ ਉਹਨੂੰ ਈ ਗਵਰਨੈਂਸ ਕਹਿੰਦੇ ਆ। ਸੋ ਦੇਖੋ ਕਹਿੰਦੇ ਕਿ ਪਹਿਲਾ ਪੁਆਇੰਟ ਕਿ ਲੋਕ ਬੜੀ ਆਸਾਨੀ ਨਾਲ ਈ ਗਵਰਨੈਂਸ ਸੇਵਾਵਾਂ 'ਚ ਆਨਲਾਈਨ ਜਾਂ ਆਪਣੇ ਨੇੜੇ ਦੇ ਸੁਵਿਧਾ ਸੈਂਟਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਦੂਸਰਾ ਹੈ ਈ ਗਵਰਨੈਂਸ ਦੇ ਹੋਣ ਦੇ ਵਿੱਚ ਆਉਣ ਨਾਲ ਸਰਕਾਰੀ ਕੰਮਾਂ ਵਿੱਚ ਤੇਜ਼ੀ ਆਈ ਹੈ। ਤੀਸਰਾ ਹੈ ਕਿ ਈ ਗਵਰਨੈਂਸ ਦਸਤਾਵੇਜ਼ਾਂ ਦੀ ਲਾਗਤ ਨੂੰ ਘਟਾਉਂਦੀ ਹੈ। ਸਟੋਰੇਜ ਨਹੀਂ ਕਰਨੀ ਪੈਂਦੀ ਐ ਤੇ ਪ੍ਰਿੰਟ ਆਊਟ ਪ੍ਰਿੰਟ ਆਊਟ ਤੱਕ ਡਾਣਾ ਹੀ ਪੈਂਦਾ ਯਾਰ ਪਾਗਲ ਕੀਤਾ। ਕਹਿੰਦੇ ਈ ਗਵਰਨੈਂਸ ਨੇ ਸਾਰੇ ਦਸਤਾਵੇਜ਼ਾਂ ਦੀ ਕਾਰਜਸ਼ੈਲੀ ਵਿੱਚ ਪਾਰਦਰਸ਼ੀ ਵਾਤਾਵਰਨ ਬਣਾਇਆ ਹੈ ਠੀਕ ਹੈ ਤੇ ਨੈਕਸਟ ਹੈ ਬੱਚੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾਲ ਸੰਬੰਧਿਤ ਅਧਿਕਾਰਾਂ ਜਾਂ ਕਰਮਚਾਰੀ ਦਾ ਜਵਾਬਦੇਹ ਹੁੰਦਾ ਹੈ ਓਕੇ ਹਾਂ ਇਹਦੇ ਨਾਲ ਕਿਸੇ ਨੂੰ ਡਿਟੈਕਟ ਕਰਨਾ ਬਹੁਤ ਈਜ਼ੀ ਹੋ ਗਿਆ ਹੈ ਉਸ ਤੋਂ ਬਾਅਦ ਬੱਚੇ ਨੈਕਸਟ ਹੈ ਇਹਦੀ ਖਾਮੀਆਂ ਕੀ ਹੈ ਖਾਮੀਆਂ ਬੱਚੇ ਪਹਿਲਾਂ ਕਿ ਅਨਪੜ ਜਾਂ ਤਕਨੀਕ ਦੇ ਤੌਰ ਤੇ ਅਨਜਾਨ ਵਿਅਕਤੀ ਨਾ ਸੇਵਾ ਦਾ ਲਾਭ ਨਹੀਂ ਉਠਾ ਸਕਦੇ ਹਨ ਠੀਕ ਹੈ ਤੁਹਾਨੂੰ ਪਤਾ ਹੀ ਹੈ ਹੱਲੇ ਵੀ ਬਹੁਤ سارے ਬੰਦੇ ਨਹੀਂ ਯੂਜ਼ ਕਰ ਰਹੇ ਆਨਲਾਈਨ ਪੇਮੈਂਟ ਵਗੈਰਾ ਉਸ ਤੋਂ ਬਾਅਦ ਬੱਚੇ ਨੈਕਸਟ ਹੈ ਕਿ ਇਹਨਾਂ ਸੇਵਾਵਾਂ ਦੇ ਵਰਤੋਂ ਲਈ ਇੰਟਰਨੈਟ ਸਹੂਲਤ ਹੋਣਾ ਲਾਜ਼ਮੀ ਹੁੰਦਾ ਹੈ ਹਮ نیٹ ਹੋਊਗਾ ਤਾਂ ਕੁਛ ਹੋਣਾ ਨਹੀਂ ਤੇ ਨਹੀਂ ਉਸ ਤੋਂ ਬਾਅਦ ਬੱਚੇ 3rd ਹੈ ਕਿ ਹਰ ਪਿੰਡ ਵਿੱਚ ਸੇਵਾ ਕੇਂਦਰ ਖੋਲਣਾ ਇੱਕ ਮਹਿੰਗਾ ਕੰਮ ਹੈ ਬਿਲਕੁਲ ਬਹੁਤ ਸਾਰੇ ਤਾਂ ਬੰਦ ਹੀ ਹੋ ਗਏ ਨੇ ਕਿਨਾਂ-ਕਨਾਂ ਦਾ ਪਿੰਡਾਂ ਵਿੱਚ ਬੰਦ ਹੋ ਗਿਆ ਕਮੈਂਟ ਕਰਕੇ ਦੱਸਿਓ 4th ਹੈ ਬੱਚੇ ਇੰਟਰਨੈਟ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ ਹਮ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਬਹੁਤ ਸਾਰੇ ਫਰਾਡ ਹੋ ਰਹੇ ਆ ਸੋ ਇਹ ਸਾਰੇ ਬੱਚੇ ਈਜ਼ੀ ਪੁਆਇੰਟਸ ਹੀ ਤੁਸੀਂ ਲੈ ਕੇ ਆ ਜਾਓ ਤੁਹਾਨੂੰ ਇਸ ਲਈ ਨੰਬਰ ਮਿਲ ਜਾਣੇ ਜਾਂ ਆਧਾਰ ਕਾਰਡ ਕੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਸੋ ਦੋਨਾਂ ਵਿੱਚੋਂ ਵੀ ਇਹਦੇ ਵਿੱਚੋਂ ਵੀ ਇੱਕ ਕਰਨਾ ਹੈ ਆਧਾਰ ਕਾਰਡ ਕੀ ਹੈ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਹਨ ਵਿਆਖਿਆ ਕਰੋ ਸੋ ਬੱਚੇ ਕਹਿੰਦੇ ਆਧਾਰ ਕਾਰਡ 12 ਅੰਕਾਂ ਦਾ ਇੱਕ ਵਿਲੱਖਣ ਪਛਾਣ ਕਾਰਡ ਹੁੰਦਾ ਤੁਹਾਨੂੰ ਪਤਾ ਹੀ ਹੈ 12 ਡਿਜੀਟ ਹੁੰਦੇ ਆ ਇਹ ਨੰਬਰ ਯੂ ਆਈ ਡੀ ਆਈ ਯਾਨੀ ਕਿ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੁਆਰਾ ਭਾਰਤੀ ਨਾਗਰਿਕਾਂ ਨੂੰ ਲਈ ਜਾਰੀ ਕੀਤਾ ਜਾਂਦਾ ਹੈ ਭਾਰਤ ਵਿੱਚ ਕਿਸੇ ਵੀ ਵਿਅਕਤੀਆਂ ਦਾ ਦੋ ਵਿਅਕਤੀਆਂ ਦਾ ਇੱਕੋ ਜਿਹਾ ਨੰਬਰ ਨਹੀਂ ਹੋ ਸਕਦਾ ਦੋ ਕਿ ਕਿਸੇ ਵੀ ਵਿਅਕਤੀ ਦਾ ਨੰਬਰ ਇੱਕੋ ਜਿਹਾ ਨਹੀਂ ਹੁੰਦਾ ਸਾਰਿਆਂ ਦਾ ਆਪਣਾ ਆਪਣਾ ਅਲੱਗ ਹੁੰਦਾ ਇਸ ਕਰਕੇ ਇਹਨੂੰ ਯੂਨਿਕ ਆਈਡੈਂਟੀਫਿਕੇਸ਼ਨ ਕਿਹਾ ਜਾਂਦਾ ਹੈ ਠੀਕ ਹੈ ਸਾਰਿਆਂ ਦਾ ਆਪਣਾ ਅਲੱਗ ਹੈ ਸੋ ਨੈਕਸਟ ਬੱਚੇ ਇਹਦੀਆਂ ਵਿਸ਼ੇਸ਼ਤਾਵਾਂ ਕੀ ਆ ਸਭ ਤੋਂ ਪਹਿਲਾਂ ਵਿਲੱਖਣ ਪਛਾਣ ਉਹੀ ਯੂਨਿਕ ਆਈਡੈਂਟੀਫਿਕੇਸ਼ਨ ਸੋ ਅਧਾਰ ਹਰ ਭਾਰਤੀ ਨਾਗਰਿਕ ਨੂੰ ਇੱਕ ਵਿਲੱਖਣ ਪਛਾਣ ਪ੍ਰਦਾਨ ਕਰਦੀ ਹੈ ਦੂਸਰਾ ਰਿਹਾਇਸ਼ ਦਸਤਾਵੇਜ਼ ਆਧਾਰ ਉੱਪਰ ਸੰਬੰਧਿਤ ਵਿਅਕਤੀ ਦਾ ਪੂਰਾ ਰਿਹਾਇਸ਼ ਪਤਾ ਹੁੰਦਾ ਹੈ ਤੀਸਰਾ ਬੱਚੇ ਖਤਮ ਹੋਣ ਦੀ ਕੋਈ ਮਿਆਦ ਨਹੀਂ ਆਧਾਰ ਕਾਰਡ ਖਤਮ ਹੋਣ ਦੀ ਕੋਈ ਤਾਰੀਖ ਨਹੀਂ ਹੁੰਦੀ ਹੈ ਇਹ ਪੂਰੀ ਲਾਈਫਟਾਈਮ ਤੁਸੀਂ ਚਲਾ ਸਕਦੇ ਆ ਇਹਦਾ ਕੋਈ ਡੇਟ ਨਹੀਂ ਲਿਖਿਆ ਜਾਂਦਾ ਲਾਇਸੈਂਸ ਹੁੰਦਾ ਨਾ ਕਿ 15 ਸਾਲ ਦਾ 20 ਸਾਲ ਦਾ ਠੀਕ ਹੈ ਇਸੇ ਤਰ੍ਹਾਂ ਇਹਦੇ ਵਿੱਚ ਕੋਈ ਨਹੀਂ ਹੁੰਦਾ ਸੋ ਨੈਕਸਟ ਹੈ ਬੱਚੇ شناختੀ ਸਬੂਤ ਕਿਉਂਕਿ ਆਧਾਰ ਕਾਰਡ ਉੱਪਰ ਵਿਅਕਤੀ ਦੇ వ్యక్తిగਤ బయోమెట్రిక్ ఆది సూచన दर्ज ਹੁੰਦੀ ਹੈ ਇਸ ਲਈ ਇਸ ਨੂੰ ਸਨਾਕਤੀ ਦਾ ਸਬੂਤ ਵੀ ਮੰਨਿਆ ਜਾਂਦਾ ਹੈ ਤੁਹਾਡਾ ਪਛਾਣ ਪੱਤਰ ਕਿਹਦਾ ਪਛਾਣ ਦੇ ਤੌਰ ਤੇ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ ਪੰਜਵਾਂ ਬੱਚੇ ఆన్లైన్ ਪਰਮਾਨਿਕरण ਠੀਕ ਹੈ ਸੋ ਜੋ ਕਿ ਸਮੇਂ ਵਿੱਚ کئی ਤਰ੍ਹਾਂ ਦੇ ਆਨਲਾਈਨ ਸਹੂਲਤਾਂ ਵੀ ਆਧਾਰ ਕਾਰਡ ਨੰਬਰ ਦੁਆਰਾ ਹੀ ਪ੍ਰਵਾਨਿਤ ਕੀਤੇ ਜਾਂਦੇ ਹਨ ਸੋ ਬੱਚੇ ਤੁਸੀਂ ਆਨਲਾਈਨ ਜੇ ਤੁਹਾਡੇ ਬੈਂਕ ਵਿੱਚ ਨਾ ਆਧਾਰ ਕਾਰਡ ਨੰਬਰ ਐਡ ਹੈ ਤੁਸੀਂ ਆਨਲਾਈਨ ਪੈਸੇ ਵੀ ਕਢਵਾ ਸਕਦੇ ਹੋ ਆਧਾਰ ਕਾਰਡ ਦੀ ਯੂਜ਼ ਕਰਕੇ ਠੀਕ ਹੈ ਤੁਸੀਂ ਬਸ ਆਪਣਾ ਅੰਗੂਠਾ ਲਗਾਣਾ ਹੈ ਆਧਾਰ ਕਾਰਡ ਨੰਬਰ ਪਰ ਉਹ ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣੇ ਹਨ ਸੋ ਬੱਚਿਓ ਆਈ ਹੋਪ ਤੁਹਾਨੂੰ ਸਾਰਾ ਸਮਝ ਲੱਗਿਆ ਹੋਣਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇੱਕ ਵਧੀਆ ਜਿਹਾ ਹਾਰਟ ਕਮੈਂਟ ਕਰ ਦਿਓ ਠੀਕ ਹੈ ਸੋ ਕੀਪ ਲਰਨਿੰਗ ਕੀ ਸਮਾਈਲਿੰਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗੇ ਸਾਰੀਆਂ ਵੀਡੀਓਜ਼ ਦੇਖਣ ਲਈ